ਉਹ ਮਨੁੱਖ ਬਹੁਤ ਕਰਮਾਂ ਵਾਲਾ ਹੈ ਜਿਸ ਨੂੰ ਆਪਣੇ ਔਗਣ ਤੇ ਦੂਜੇ ਦੇ ਗੁਣ ਦਿਸਣ। ਕੌਡੀ ਬਦਲੇ ਜਨਮ ਗਵਾਇਆ, ਚੀਨ ਸਨਾਹੀ ਆਪੈ। ਅਸੀਂ ਵੀ ਗੁਰਮੁਖ ਬਣਨਾ ਹੈ ਤੇ ਜਿਹੜੀ ਗੱਲ ਸਾਡੇ ਗੁਰਮੁਖ ਬਣਨ ਵਿੱਚ ਰੁਕਾਵਟ ਪਾਵੇ ਅਸੀਂ ਉਹ ਨਹੀਂ ਕਰਨੀ। ਜਿਹੜਾ ਕੰਮ ਸਾਨੂੰ ਗੁਰਮੁਖ ਨਹੀਂ ਬਣਨ ਦਿੰਦਾ ਉਸ ਕੰਮ ਦਾ ਤਿਆਗ ਕਰ ਦਿਓ। ਗੁਰਮੁਖ ਹੋਵੇ ਤਾਂ ਇੱਕੋ ਜਾਣਾ, ਬਿਨਾਂ ਗੁਰਮੁਖ ਹੋਏ ਤੋਂ ਉਸ ਇੱਕ ਨੂੰ ਜਾਣ ਨਹੀਂ ਸਕਦਾ। ਹੋਮੈ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉਂ ਲਿਵ ਲਾਈ। ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ। ਆਪਣੇ ਆਪ ਨੂੰ ਚੀਨਣ ਵਾਸਤੇ, ਭਾਵ ਸਮਝਣ ਵਾਸਤੇ ਸ਼ਬਦ ਨੂੰ ਜਪ, ਕਿਉਂਕਿ ਪਵਜਲ ਬਿਨ ਸ਼ਬਦ ਹੈ ਕਿਉਂ ਤਰੀਐ। ਨਾਮ ਬਿਨਾਂ ਜਗ ਰੋਗ ਵਿਆਪਿਆ, ਡੁੱਬਦਾ ਡੁੱਬ ਡੁੱਬ ਮਰੀਐ। ਡੁੱਬ ਡੁੱਬ ਕੇ ਕੌਣ ਮਰੇ, ਆਖਿਆ ਜਿਨ੍ਹਾਂ ਨੇ ਨਾਮ ਨਹੀਂ ਜਪਿਆ। ਇਸ ਲਈ ਸਾਹਿਬ ਦਾ ਹੁਕਮ ਹੈ, ਨਾਮ ਜਪੋ। ਜਿੱਥੋਂ ਤੱਕ ਵਸ ਚੱਲੇ, ਵਾਹ ਲੱਗੇ, ਨਾਮ ਜ਼ਰੂਰ ਜਪੋ। ਜਿਹੜੇ ਸਿਰਫ ਲੋਕ ਦਿਖਾਵਾ ਕਰਦੇ ਹਨ ਉਹਨਾਂ ਨੇ ਨਾ ਤਾਂ ਨਾਮ ਜਪਿਆ ਹੈ, ਨਾ ਆਪਣੇ ਆਪ ਨੂੰ ਚੀਨਿਆ ਹੈ। ਉਹ ਲੋਕਾਂ ਨੂੰ ਚੀਨਦੇ ਰਹੇ ਕਿ ਉਹ ਫਲਾਨਾ ਕੀ ਕਰਦਾ ਪਿਆ ਹੈ, ਪਰ ਆਪ ਨੂੰ ਨਾ ਸਮਝਿਆ, ਆਪਣੇ ਅੰਦਰ ਛਾਤੀ ਨਾ ਪਾਈ। ਔਗਣ ਤਾਂ ਆਪਣੇ ਕੱਢਣੇ ਸਨ ਅਤੇ ਅਸੀਂ ਲੋਕਾਂ ਦੇ ਜ਼ਿੰਮੇਵਾਰ ਬਣ ਗਏ। ਲੋਕਾਂ ਦੇ ਔਗਣ ਕੱਢਦੇ ਕੱਢਦੇ ਸਾਡੇ ਨਾਲ ਇਉਂ ਹੋਈ ਜਿਵੇਂ ਕਿਸੇ ਡੁੱਬਦੇ ਨੂੰ ਕੱਢਣ ਲੱਗ ਗਿਆ ਕੋਈ, ਅਤੇ ਆਪ ਤਾਰੂ ਨਹੀਂ ਸੀ, ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਆਪ ਹੀ ਨਾਲ ਡੁੱਬ ਮੋਇਆ। ਪਹਿਲਾਂ ਆਪ ਨੂੰ ਤਾਂ ਤਰਨਾ ਆਵੇ, ਤਾਂ ਕਿਸੇ ਦੀ ਬਾਂਹ ਫੜੀਏ, ਨਹੀਂ ਤਾਂ ਕਿਸੇ ਕਮਾਈ ਵਾਲੇ ਮਹਾਂਪੁਰਸ਼ ਦੇ ਲੜ ਲੱਗੀਏ। ਅਤੇ ਜੋ ਕਮਾਈ ਵਾਲੇ ਅਰਦਾਸ ਕਰ ਸਕਦੇ ਹਨ ਉਹਨਾਂ ਦੀ ਕੀਤੀ ਅਰਦਾਸ ਵਾਹਿਗੁਰੂ ਤੱਕ ਪਹੁੰਚ ਜਾਂਦੀ ਹੈ। ਅਸੀਂ ਉਤਨਾ ਯਤਨ ਕਰੀਏ ਜਿਤਨਾ ਸਾਡੇ ਵਿੱਚ ਬਲ ਹੈ। ਜੈਸਾ ਬਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਭਾਵ ਕੀ ਕਿ ਜਿਤਨਾ ਜਿਸ ਵਿੱਚ ਬਲ ਹੈ, ਜੇ ਉਸ ਵਿੱਚ ਰਹਿ ਕੇ ਕੁਝ ਕਰੇਗਾ ਤਾਂ ਜਿੱਤ ਪ੍ਰਾਪਤ ਹੋਵੇਗੀ। ਜਿਵੇਂ ਕਿ ਜੇਬ ਵਿੱਚ ਹੋਵੇ 100 ਰੁਪਈਆ ਅਤੇ ਬੋਲੀ ਦੇ ਬੈਠੇ 1000 ਦੀ, ਅਤੇ ਹੁਣ ਲੋਕਾਂ ਤੋਂ ਮੰਗਦਾ ਫਿਰਦਾ ਹੈ, ਤਰਲੇ ਕਰਦਾ ਹੈ, ਬਈ 900 ਦੇ ਦਿਓ ਨਹੀਂ ਤਾਂ ਮੇਰਾ 100 ਰੁਪਈਆ ਚਲਾ ਜਾਵੇਗਾ। ਇਹ ਗੱਲ ਪਹਿਲਾਂ ਕਿਉਂ ਨਹੀਂ ਸੋਚੀ, ਤੂੰ ਬੋਲੀ ਦੇ ਹੀ ਉਤਨੀ ਜਿਤਨੇ ਤੇਰੇ ਜੇਬ ਵਿੱਚ ਪੈਸੇ ਹਨ। ਜੇ ਖੱਟ ਲਵੇਂਗਾ ਤਾਂ ਅਗਲੀ ਵਾਰ ਕੋਈ ਹੋਰ ਬੋਲੀ ਦੇ ਦੇਵੀਂ, ਪਰ ਜੇ ਵਿੱਤ ਤੋਂ ਵਧੀਕ ਬੰਦਾ ਕੁਝ ਕਰ ਬੈਠੇ ਤਾਂ ਕਈ ਵਾਰੀ ਉਸਦਾ ਫਿਰ ਬਲ ਹਰ ਜਾਂਦਾ ਹੈ ਅਤੇ ਨਾਲ ਹੀ ਉਹ ਗਿਰ ਜਾਂਦਾ ਹੈ। ਬੜੀ ਉਮੀਦ ਨਾਲ ਤੁਰਿਆ ਸੀ ਅਤੇ ਬੜਾ ਖੁਸ਼ ਸੀ, ਪਰ ਵਿੱਤੋਂ ਬਾਹਰ ਹੋ ਕੇ ਅਤੇ ਡੁੱਬਣ ਦੇ ਕੰਢੇ ਚਲਾ ਗਿਆ, ਅਤੇ ਹੁਣ ਉਸ ਵੇਲੇ ਫਿਰ ਰੌਲਾ ਪਾਉਂਦਾ, ਉਹ ਮੇਰੀ ਕੋਈ ਬਾਂਹ ਫੜ ਲਓ। ਪਰ ਉਸ ਸਮੇਂ ਕੋਈ ਨਹੀਂ ਬਾਂਹ ਫੜਦਾ, ਨਾ ਉਸ ਵੇਲੇ ਫੜਨ ਦੀ ਆਗਿਆ ਹੁੰਦੀ ਹੈ, ਕਿਉਂਕਿ ਜੇ ਅੱਗੇ ਇਸ ਨੇ ਕੁਝ ਨਹੀਂ ਕੀਤਾ ਤਾਂ ਹੋਰ ਅੱਗੋਂ ਕੀ ਕਰੇਗਾ। ਇਸ ਲਈ ਭਾਈ, ਇਹ ਰੋਜ਼ ਦੀ ਸੰਗਤ ਕਿਸ ਵਾਸਤੇ ਹੈ, ਤਾਂ ਕਿ ਹਰ ਰੋਜ਼ ਕੋਈ ਨਾ ਕੋਈ ਅੱਖਰ ਇਸ ਨੂੰ ਪਾਉਂਦਾ ਰਹੇ, ਭਾਵ ਕਿ ਅੰਦਰ ਵਸਦਾ ਰਹੇ। ਜਿਵੇਂ ਕਬੀਰ ਜੀ ਦੇ ਕੋਲ ਕੋਈ ਆਇਆ ਅਤੇ ਕਹਿਣ ਲੱਗਾ, ਜੀ ਮੇਰੇ ਉੱਤੇ ਕਿਰਪਾ ਕਰੋ। ਕਹਿਣ ਲੱਗੇ ਵੀ ਕਿਰਪਾ ਤਾਂ ਹੁੰਦੀ ਹੈ ਜੇ ਸੰਗਤ ਵਿੱਚ ਆਈਏ। ਤਾਂ ਉਸਨੇ ਆਖਿਆ, ਜੀ ਸੰਗਤ ਵਿੱਚ ਆ ਕੇ ਤਾਂ ਹਰ ਰੋਜ਼ ਉਹੀ ਗੱਲਾਂ ਸੁਣਨੀਆਂ, ਜਿਵੇਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਹਰ ਪੂਰਨਮਾਸ਼ੀ 'ਤੇ ਇੱਕੋ ਹੀ ਸਾਖੀ ਕਰਿਆ ਕਰਦੇ ਸਨ, ਪਰ ਆਨੰਦ ਵੱਖਰਾ ਹੀ ਹੋਇਆ ਕਰਦਾ ਸੀ। ਇੱਕ ਹੀ ਸਾਖੀ ਭਾਈ ਸੁਪਾਗੇ ਦੀ, ਅਤੇ ਜਦੋਂ ਇਹ ਬਚਨ ਕਰਨੇ, ਉਹ ਬੱਚਾ ਸੁਪਾਗਿਆ ਕਿੱਥੋਂ ਖਾਏਗਾ,
ਕਿੱਥੋਂ ਪਹਿਰੇਗਾ, ਕੀ ਕੰਮ ਕਰੇਗਾ, ਕਿੱਥੇ ਰਹੇਗਾ। ਤਾਂ ਅੱਗੋਂ ਭਾਈ ਸੁਪਾਗਾ ਕਹਿੰਦਾ ਹੈ, ਤੇਰਾ ਦਿੱਤਾ ਖਾਂਦਾ ਹਾਂ, ਤੇਰਾ ਦਿੱਤਾ ਪਹਿਨਾਂਦਾ ਹਾਂ, ਜਿੱਥੇ ਤੂੰ ਰੱਖੇ ਉੱਥੇ ਰਹਾਂਗਾ। ਅਤੇ ਫਿਰ ਬਾਬਾ ਜੀ ਨੇ ਕਹਿਣਾ, ਇਹ ਹੋਈ ਨਾ ਸਿੱਖੀ, ਇਹ ਸਿੱਖੀ ਹੈ। ਭਾਵ ਕੀ ਕਿ ਮੈਂ ਕੁਛ ਨਹੀਂ ਕਰਦਾ, ਮੈਂ ਕਿਤੇ ਨਹੀਂ ਰਹਿੰਦਾ, ਜਿੱਥੇ ਤੂੰ ਰੱਖੇ ਮੈਂ ਉੱਥੇ ਰਹਿੰਦਾ। ਮੈਂ ਕੁਛ ਨਹੀਂ ਬੋਲਦਾ, ਜੋ ਤੂੰ ਬੁਲਾਵੇਂ ਮੈਂ ਬੋਲਦਾ ਹਾਂ, ਜੋ ਤੂੰ ਕਰਾਏ ਮੈਂ ਕਰਦਾ। ਬਾਬਾ ਜੀ ਕਹਿੰਦੇ ਸਨ, ਇਹ ਸਿੱਖੀ ਹੈ। ਜਿਸ ਵੇਲੇ ਉਸ ਬੱਚੇ ਸੁਪਾਗੇ ਨੇ ਇਹ ਅੱਖਰ ਆਖੇ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ। ਬਾਬਾ ਜੀ ਕਹਿੰਦੇ ਸਨ ਕਿ ਜਿਹੜਾ ਸਿੱਖ ਇਹਨਾਂ ਅੱਖਰਾਂ ਨੂੰ ਦ੍ਰਿੜ ਕਰ ਲਵੇਗਾ, ਇਸ ਤਰ੍ਹਾਂ ਭਰੋਸਾ ਗੁਰੂ 'ਤੇ ਲਿਆਵੇਗਾ ਕਿ ਸਭ ਕੁਝ ਗੁਰੂ ਦਾ ਦਿੱਤਾ ਹੀ ਸਮਝੇਗਾ, ਤਾਂ ਉਸ ਨੂੰ ਵੀ ਉਸ ਬੱਚੇ ਵਾਂਗੂ ਗੁਰੂ ਨਾਨਕ ਦੀ ਗੋਦ ਪ੍ਰਾਪਤ ਹੋਵੇਗੀ। ਕਿਉਂਕਿ ਆਪਣਾ ਆਪ ਵਿੱਚ ਹੈ ਹੀ ਨਹੀਂ, ਇਹ ਅਸਲ ਸਿੱਖੀ ਹੈ। ਅਤੇ ਜਿੱਥੇ ਸਿੱਖੀ ਹੈ ਉੱਥੇ ਗੁਰੂ ਨਾਨਕ ਹੈ। ਤੋ ਬਿਨਾਂ ਆਪ ਨੂੰ ਚੀਨੇ ਦੇ ਇਹ ਗੁਣ ਨਹੀਂ ਆਉਂਦੇ, ਨਹੀਂ ਤਾਂ ਬੰਦਾ ਆਪ ਫੜਾ ਮਾਰਨ ਲੱਗ ਜਾਂਦਾ। ਜਿਵੇਂ ਇੱਕ ਆਦਮੀ ਕਹਿਣ ਲੱਗਾ, ਮੈਂ 6 ਮਾਲਾ ਰੋਜ਼ ਕਰਦਾ ਅਤੇ ਇਹ ਇੱਕ ਵੀ ਨਹੀਂ ਕਰਦਾ। ਆਖਿਆ, ਤੈਨੂੰ ਕੀ ਨਹੀਂ ਕਰਦਾ ਤੇ ਨਾ ਕਰੇ, ਉਹਨੇ ਆਪਣੇ ਵਾਸਤੇ ਕਰਨਾ ਹੈ। ਤੂੰ 6 ਮਾਲਾ ਕਰਕੇ ਅਤੇ ਅਣਹੋਣੀਆਂ ਕਿਉਂ ਕੀਤੀ ਜਾਂਦਾ? ਕੀਤੀਆਂ ਅਣਹੋਣੀਆਂ ਹੋ ਜਾਂਦੀਆਂ ਹਨ ਜਦ ਕੋਈ ਕਰਕੇ ਹੋਮੇ ਕਰ ਬੈਠਦਾ, ਤਾਂ ਉਸਦੀਆਂ ਕੀਤੀਆਂ ਨਾ ਕੀਤੀਆਂ ਹੋ ਜਾਂਦੀਆਂ ਹਨ। ਜਿਵੇਂ ਹਾਥੀ ਨਹਾ ਕੇ ਅਤੇ ਮੁੜ ਸਿਰ ਵਿੱਚ ਮਿੱਟੀ ਕਿਉਂ ਪਾਏ? ਜਦ ਮਿੱਟੀ ਪਾ ਲੈਂਦਾ ਹੈ ਤਾਂ ਉਸਦਾ ਨਾਤਾ ਅਣਨਾਤਾ ਹੋ ਜਾਂਦਾ ਹੈ। ਜਿਉਂ ਹਾਥੀ ਦਾ ਨਾਵਣਾ ਬਾਹਰ ਨਿਕਲ ਖੇ ਉਡਾਵੈ, ਜਿਉਂ ਊਠੇ ਦਾ ਖਾਵਣਾ ਪਰ ਹਰ ਕਣਕ ਜਵਾਹਾ ਖਾਵੈ। ਜਿਵੇਂ ਊਠ ਕਣਕ ਨਹੀਂ ਪਸੰਦ ਕਰਦਾ, ਜਵਾਹ ਖਾਂਦਾ, ਕੰਡਿਆਲੀ ਬੂਟੀ। ਇਸੇ ਤਰ੍ਹਾਂ ਅਸੀਂ ਸਿਫਤ ਦੇ ਗਾਹਕ ਨਹੀਂ ਬਣਦੇ ਪਰ ਔਗੁਣਾਂ ਦੇ ਗਾਹਕ ਬਣ ਜਾਂਦੇ ਹਾਂ। ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਕਿਸੇ ਦੇ ਗੁਣ ਲਓ, ਜੇ ਕਿਸੇ ਦੇ ਗੁਣ ਵਿਚਾਰਾਂਗੇ, ਗੁਣ ਚਿਤਾਰਾਂਗੇ, ਤਾਂ ਉਸਦੇ ਗੁਣਾਂ ਨਾਲ ਸਾਡੀ ਸਾਂਝ ਪੈ ਜਾਏਗੀ, ਉਸਦਾ ਕੋਈ ਗੁਣ ਸਾਡੇ ਅੰਦਰ ਆ ਜਾਵੇਗਾ। ਜਿਵੇਂ ਕਿਸੇ ਬਾਗ ਵਿੱਚ ਜਾਈਏ ਤਾਂ ਕਿਵੇਂ ਲੰਮੇ ਲੰਮੇ ਸਾਹ ਲੈਂਦੇ ਹਾਂ, ਪਰ ਜੇ ਕਿਤੇ ਰੂੜੀ ਕੋਲੋਂ ਲੰਘਣਾ ਪੈ ਜਾਏ ਤਾਂ ਨੱਕ ਮੂੰਹ ਕੱਜ ਕੇ ਲੰਘਦੇ ਹਾਂ, ਕਿਉਂਕਿ ਬਦਬੂ ਜੋ ਆਉਂਦੀ ਹੈ। ਇਸੇ ਤਰ੍ਹਾਂ ਅਵਗਣ ਹੈ ਰੂੜੀ ਅਤੇ ਅਸੀਂ ਉਲਟਾ ਉੱਥੇ ਖੜੋ ਕੇ ਸਾਹ ਲੈ ਰਹੇ ਹਾਂ, ਪਰ ਚਾਹੀਦਾ ਸੀ ਉੱਥੋਂ ਨੱਕ ਮੂੰਹ ਕੱਜ ਕੇ ਲੰਘ ਜਾਂਦੇ। ਭਾਵ ਕਿ ਜੇ ਉਸ ਵਿੱਚੋਂ ਕੋਈ ਔਗਣ ਹੈ ਤਾਂ ਤੂੰ ਅਣਡਿੱਠ ਕਰ ਦੇ, ਤੈਨੂੰ ਕੀ, ਜੇ ਹੈਨ ਤਾਂ ਕੀ, ਨਹੀਂ ਹੈਨ ਤਾਂ ਕੀ। ਜਿਵੇਂ ਵਾਰਿਸ ਸ਼ਾਹ ਨੇ ਆਖਿਆ, ਮਾਫ ਕਰਨਾ ਜੀ ਅਸਾਂ ਨਿਮਾਣਿਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਹੀਂ। ਜਿਵੇਂ ਇੱਕ ਮਹਾਤਮਾ ਮਹਾਂਪੁਰਸ਼ ਕਿਸੇ ਡੇਰੇ ਵਿੱਚ ਵਸਦੇ ਸਨ ਤਾਂ ਦੂਜੇ ਡੇਰੇ ਦਾ ਸਾਧ ਭੱਜ ਕੇ ਉਸ ਡੇਰੇ ਵਿੱਚ ਆ ਗਿਆ, ਤਾਂ ਜਿਸ ਵੇਲੇ ਉਹਨਾਂ ਪੁੱਛਿਆ, ਆ ਵੀ ਪ੍ਰੇਮੀਆਂ ਕਿੱਥੋਂ ਆਇਆ ਹੈ? ਦੱਸਿਆ, ਜੀ ਫਲਾਣੇ ਡੇਰੇ 'ਚੋਂ ਆਇਆ ਹਾਂ। ਤਾਂ ਉਸ ਨੂੰ ਰੱਖ ਲਿਆ, ਸੇਵਾ ਵਿੱਚ ਲਾ ਲਿਆ। ਪਰ 2 ਦਿਨਾਂ ਬਾਅਦ ਉਸ ਦੇ ਡੇਰੇ 'ਚੋਂ ਚਿੱਠੀ ਆ ਗਈ ਕਿ ਮਹਾਰਾਜ, ਸੁਣਿਆ ਹੈ ਕਿ ਸਾਡਾ ਸਾਧ ਭੱਜ ਕੇ ਤੁਹਾਡੇ ਕੋਲ ਆ ਗਿਆ ਹੈ, ਤੁਹਾਡੀ ਖੁਸ਼ੀ ਹੈ, ਇਸ ਨੂੰ ਰੱਖੋ ਜਾਂ ਨਾ ਰੱਖੋ, ਪਰ ਸਾਡਾ ਕੰਮ ਹੈ ਤੁਹਾਨੂੰ ਸੱਚੋ ਸੱਚ ਦੱਸ ਦੇਈਏ, ਕਿਉਂਕਿ ਇਸ ਵਿੱਚ 2 ਔਗਣ ਹਨ, ਇੱਕ ਤਾਂ ਇਹ ਚੋਰ ਹੈ ਅਤੇ ਦੂਜਾ ਝੂਠ ਬੋਲਦਾ ਹੈ, ਅਤੇ ਇਹ ਝੂਠ ਬੋਲਣਾ ਅਤੇ ਚੋਰੀ ਕਰਨੀ ਪਾਰਾ ਔਗਣ ਹੈ। ਬਾਕੀ ਤੁਸੀਂ ਸੋਚ ਲੈਣਾ, ਕਿਤੇ ਐਸਾ ਨਾ ਹੋਵੇ ਕਿ ਤੁਹਾਡੇ ਨਾਲ ਇਹ ਕੋਈ ਠੱਗੀ ਕਰ ਜਾਏ। ਅਤੇ ਜਿਸ ਵੇਲੇ ਮਹਾਤਮਾ ਨੇ ਚਿੱਠੀ ਪੜ੍ਹੀ ਅਤੇ ਉਸ ਨੂੰ ਸੱਦਿਆ ਤਾਂ ਉਹ ਵੀ ਡਰ ਗਿਆ ਵੀ ਮੇਰੀ ਚਿੱਠੀ ਆਈ ਹੈ ਮੇਰੇ ਡੇਰੇ 'ਚੋਂ, ਹੁਣ ਖਬਰੇ ਮੈਨੂੰ ਇੱਥੋਂ ਜਵਾਬ ਦੇਣਗੇ, ਬਈ ਇੱਥੋਂ ਚਲਾ ਜਾ। ਤਾਂ ਜਿਸ ਵੇਲੇ ਉਹ ਡਰਦਾ ਕੰਬਦਾ ਮਹਾਤਮਾ ਦੇ ਸਾਹਮਣੇ ਆਇਆ ਤਾਂ ਮਹਾਤਮਾ ਨੇ ਆਖਿਆ, ਬਈ ਇੱਕ ਪੱਗ ਲਿਆਓ। ਅਤੇ ਪੱਗ ਆ ਗਈ ਅਤੇ ਉਸਦੇ ਸਿਰ 'ਤੇ ਬਣਾਈ ਅਤੇ ਆਖਿਆ,
ਬਈ ਇਸ ਡੇਰੇ ਦਾ ਅੱਜ ਤੋਂ ਮਹੰਤ ਤੂੰ ਹੈ। ਉਹ ਬੜਾ ਹੈਰਾਨ ਹੋਇਆ ਕਿ ਬਈ ਮੈਂ ਤਾਂ ਸੋਚਦਾ ਸੀ ਕਿ ਚਿੱਠੀ ਆਈ ਹੈ ਮੇਰੇ ਵਰ ਖਿਲਾਫ ਅਤੇ ਹੁਣ ਮੈਨੂੰ ਦੇਣਗੇ ਜਵਾਬ, ਅਤੇ ਜੇ ਮੈਂ ਨਾ ਗਿਆ ਤਾਂ ਸੇਵਕ ਨੂੰ ਆਖਣਗੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਪਰ ਇਹ ਤਾਂ ਪੱਗ ਬਣਾ ਕੇ ਪਏ ਆਖਦੇ ਹਨ ਡੇਰੇ ਦਾ ਮੰਤੀ ਤੂੰ ਹੈ, ਖਬਰੇ ਇਸ ਗੱਲ ਵਿੱਚ ਕੀ ਰਾਜ ਹੈ। ਬੇਨਤੀ ਕੀਤੀ, ਮਹਾਰਾਜ ਮੈਨੂੰ ਸਮਝ ਨਹੀਂ ਆਈ ਤੁਹਾਡੀ ਰਮਜ ਦੀ। ਮਹਾਤਮਾ ਹੱਸ ਕੇ ਕਹਿਣ ਲੱਗੇ, ਬਈ ਤੇਰੇ ਡੇਰੇ 'ਚੋਂ ਚਿੱਠੀ ਆਈ ਸੀ ਅਤੇ ਉਸ ਵਿੱਚ ਲਿਖਿਆ ਸੀ ਕਿ ਤੇਰੇ ਵਿੱਚ ਦੋ ਬੜੇ ਭਾਰੇ ਔਗਣ ਹਨ, ਇੱਕ ਤਾਂ ਤੂੰ ਚੋਰ ਹੈ ਅਤੇ ਦੂਜਾ ਝੂਠ ਬੋਲਦਾ ਹੈ, ਅਤੇ ਅਸੀਂ ਜਿਸ ਵੇਲੇ ਆਪਣੇ ਅੰਦਰ ਝਾਤੀ ਮਾਰੀ ਤਾਂ ਸਾਡੇ ਵਿੱਚ ਤਾਂ ਬੇਅੰਤੀ ਔਗਣ ਹਨ, ਤਾਂ ਅਸਾਂ ਸੋਚਿਆ ਵੀ ਅਸੀਂ ਮੰਤੀ ਦੇ ਲਾਇਕ ਨਹੀਂ, ਇਸ ਲਈ ਅਸੀਂ ਲਾਇਕ ਤੈਨੂੰ ਸਮਝਿਆ ਜਿਸ ਵਿੱਚ ਸਿਰਫ ਦੋ ਔਗਣ ਹਨ, ਅਤੇ ਸਾਡੇ ਵਿੱਚ ਤਾਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਹਨ, ਬੇਸ਼ੁਮਾਰ ਹਨ, ਅਣਗਿਣਤ ਹਨ, ਗਿਣੇ ਨਹੀਂ ਜਾਂਦੇ। ਬਈ ਤਨ ਤੂੰ ਹੈ ਜਿਸ ਵਿੱਚ ਸਿਰਫ ਦੋ ਹਨ ਔਰ ਬਾਕੀ ਕੋਈ ਵੀ ਨਹੀਂ, ਅਤੇ ਜੇ ਗੁਰੂ ਦੀ ਕਿਰਪਾ ਹੋਈ ਤਾਂ ਇਹ ਦੋ ਵੀ ਨਹੀਂ ਰਹਿਣੇ। ਇਸ ਵਾਸਤੇ ਬਈ ਇਸ ਡੇਰੇ ਦੇ ਲਾਇਕ ਪੂਜਨੀਕ ਬੰਦਾ ਤੂੰ ਮਿਲਿਆ ਹੈ ਸਾਨੂੰ, ਅਸੀਂ ਤੈਨੂੰ ਨਮਸਕਾਰ ਕਰਦੇ ਹਾਂ। ਔਰ ਗੁਰਮੁਖੋ, ਸੱਚਮੁੱਚ ਉਸ ਦੇ ਅੰਦਰ ਉਹ ਦੋ ਔਗਣ ਵੀ ਨਾ ਰਹੇ ਅਤੇ ਏਡਾ ਸੱਚਾ ਸੁੱਚਾ ਹੋ ਗਿਆ ਅਤੇ ਲੋਕ ਦੇਖ ਕੇ ਅਸਚਰਜ ਮੰਨਣ, ਬਈ ਇਹ ਉਹੀ ਸਾਧ ਹੈ, ਇਹ ਉਹੀ ਬੰਦਾ ਹੈ ਜਿਹੜਾ ਜਿੱਥੇ ਜਾਂਦਾ ਸੀ ਉੱਥੇ ਹੀ ਹੱਥ ਮਾਰ ਲੈਂਦਾ ਸੀ। ਪਰ ਇਹ ਕਿਸ ਦੀ ਕਿਰਪਾ ਹੋਈ? ਇਹ ਉਹਨਾਂ ਦੀ ਕਿਰਪਾ ਹੋਈ ਜਿਨ੍ਹਾਂ ਨੇ ਆਪ ਨੂੰ ਚੀਨਿਆ ਸੀ, ਆਪਣੇ ਔਗਣਾਂ ਨੂੰ ਦੇਖਿਆ ਸੀ ਕਿ ਇਸ ਵਿੱਚ ਸਿਰਫ ਦੋ ਅਤੇ ਸਾਡੇ ਵਿੱਚ ਇਤਨੇ। ਧੰਨ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਬਈ ਗੁਰਮੁਖ ਕੌਣ ਹੈ? ਕਹਿੰਦੇ ਸਨ, ਜੋ ਆਪਣੇ ਔਗਣ ਦੇਖਦਾ ਹੈ ਉਹ ਗੁਰਮੁਖ ਹੈ, ਅਤੇ ਜੋ ਦੂਜੇ ਦੇ ਔਗਣ ਦੇਖਦਾ ਹੈ ਉਹ ਮਨਮੁਖ ਹੈ। ਜਿਹੜਾ ਆਪ ਦੇ ਔਗਣ ਅਤੇ ਦੂਜੇ ਦੇ ਗੁਣ ਦੇਖੇ ਉਹ ਗੁਰਮੁਖ ਹੈ, ਜੋ ਆਪਣੇ ਗੁਣ ਅਤੇ ਦੂਜੇ ਦੇ ਔਗਣ ਦੇਖੇ ਉਹ ਮਨਮੁਖ ਹੈ। ਬਾਬਾ ਜੀ ਬਚਨ ਕਰਦੇ ਸਨ, ਬਈ ਨਾ ਕਿਸੇ ਦੀ ਕਰੋ ਨਿੰਦਿਆ ਅਤੇ ਨਾ ਕਰੋ ਉਸਤਤ, ਪਰ ਜੇ ਨਹੀਂ ਰਿਹਾ ਜਾਂਦਾ ਤਾਂ ਕਰ ਲਿਆ ਕਰੋ। ਕਿਸ ਦੀ ਕਰੀਏ? ਆਖਿਆ ਨਿੰਦਿਆ ਕਰਨੀ ਤਾਂ ਆਪਣੀ ਕਰੋ, ਉਸਤਤ ਗੁਰੂ ਨਾਨਕ ਦੀ। ਸੋ ਗੁਰਮੁਖੋ, ਅੱਜ ਦੀ ਇਹ ਸਾਖੀ ਤੁਸੀਂ ਸੁਣੀ ਹੈ ਕਿ ਜਿਸ ਨੂੰ ਆਪਣੇ ਔਗਣ ਅਤੇ ਦੂਜੇ ਦੇ ਗੁਣ ਨਜ਼ਰ ਆਉਂਦੇ ਹਨ ਉਹ ਵੱਡਿਆਂ ਪਾਗਾਂ ਵਾਲਾ ਹੈ। ਸਾਖੀ ਸੁਣੀ ਹੈ, ਚੰਗੀ ਲੱਗੇ ਸ਼ੇਅਰ ਕਰੋ, ਕਮੈਂਟ ਕਰੋ, ਲਾਇਕ ਕਰੋ। ਅੱਗੇ ਤੋਂ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਵਾਸਤੇ NVI ਨਾਨਕਸਰ ਚੈਨਲ ਨੂੰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।